आप सब जाना है आयो हूं अह खिलार लगे चूड़िया चूड़िया जेडे साडे हमारे शहर में आज कमाल का मौसम 100-150 पूरी है खान गए ते जन्नत च जान गए। कैमरा बंद कर वालेकुम दोस्तों की हाल चाल है। उम्मीद करना सारे भरा ठीक ठाक होणगे जिहड़े साडे साडे सारयां दा वेलकम करने आ नवे ब्लॉग च। सारे भरा ਇਹਨੂੰ ਯੂਟਿਊਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲੇ ਬੈਲ ਆਇਕਨ ਨੂੰ ਕੀ ਮਾਰੋ ਭਾਈ ਮੁੱਕੇ ਮਾਰੋ ਮੁੱਕੇ ਮੁੱਕੇ ਪਿਆਰੀ ਸਮਝ ਗਈ ਬਾਬਾ ਜੀ ਉਹਨੂੰ ਪਿਆਰੇ ਪਿਆਰੇ ਕਮੈਂਟ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਬਾਬਾ ਜੀ ਕੱਲ੍ਹ ਦਾ ਜਿਹੜਾ ਤੁਸੀਂ ਵਲੋਗ ਦੇਖਿਆ ਤੁਹਾਨੂੰ ਬਹੁਤ ਚੱਸ ਆਈ ਹੋਈ ਨਹੀਂ ਆਈ ਚੱਸ ਤੇ ਫਿਰ ਵੀ ਇਹਨੂੰ ਲਾਈਕ ਕਰੋ ਤੇ ਅੱਜ ਦਾ ਵਲੋਗ ਵੀ ਬਹੁਤ ਚੱਸਦਾ ਹੈਗਾ ਜੀ ਦੱਸੋ ਅੱਜ ਦਾ ਵਲੋਗ ਬਿਲਕੁਲ ਬਿਲਕੁਲ ਜੀ ਬਿਲਕੁਲ ਕਹਿ ਰਹੇ ਨੇ ਬਿਲਕੁਲ ਚੱਸਦਾ ਹੈਗਾ ਤੇ ਮਜ਼ਾ ਨਾ ਆਇਆ ਤੇ ਪੈਸੇ ਵਾਪਸ ਤੇ ਨਾਲੇ ਤੁਸੀਂ ਟਾਈਟਲ ਵੀ ਦੇਖ ਲਿਆ ਹੋਣਾ ਵਲੋਗ ਦਾ ਤੁਸੀਂ ਹੁਣ ਤੇ ਦੇਖੋਗੇ ਸਾਰਾ ਵਲੋਗ ਦੇਖੋਗੇ ਕਿਉਂਕਿ ਟਾਈਟਲ ਨੇ ਬੜੀ ਚੱਸਦਾ ਬਣਾਇਆ ਇਹ ਅਭੀ ਮਜ਼ਾ ਆਏਗਾ ਨਾ ਭਿੜੋ ਜੀ ਅੱਜ ਆ ਦੇਖੋ ਅਲੀ ਭਾਈ ਮੇਰੇ ਨਾਲ ਨੇ ਤੇ ਦੱਸੋ ਬਾਬਾ ਜੀ ਕੀ ਕਰੋ ਚੈਨਲ ਨੂੰ ਜ਼ਰਾ ਕਹਿਓ ਇੱਕ ਵਾਰ ਤੁਸੀਂ ਵੀ ਕਹੋ ਸਬਸਕ੍ਰਾਈਬ ਕਰੇ ਕਮੈਂਟ ਕਰੇ ਲਾਈਕ ਕਰੇ ਸ਼ੇਅਰ ਕਰੇ ਠੀਕ ਆ ਓਕੇ ਹੋ ਗਿਆ ਬਾਬਾ ਜੀ ਤੇ ਅੱਜ ਦੇਖ ਸਕਦੇ ਹੋ ਅਸੀਂ ਇੱਥੇ ਬਾਬਾ ਜੀ ਕਣਕ ਚ ਅਸੀਂ ਵਲੋਗ ਸ਼ੁਰੂ ਕੀਤਾ ਜੇ ਵੇਖ ਸਕਦੇ ਤੁਸੀਂ ਤੇ ਆਓ ਬਾਬਾ ਜੀ ਤੁਹਾਨੂੰ ਖੰਡੇ ਪੜਨੇ ਆ ਹੁਣ ਤੁਹਾਨੂੰ ਦੱਸਨੇ ਆ ਸਾਰੇ ਨਜ਼ਾਰੇ ਨਾਰੇ ਸਕਦੇ ਹੋ ਪਹਿਲੇ ਤਰ੍ਹਾਂ ਸਾਡਾ ਕੰਮ ਆ ਜਿਹੜਾ ਆ ਵੇਖ ਲਓ ਵੱਢ ਰਿਹਾ ਪੱਠੇ ਤੇ ਅੱਜ ਅਸੀਂ ਇੰਨੀ ਪੱਠਿਆਂ ਦੀ ਵੀਡੀਓ ਨਹੀਂ ਬਣਾ ਗਿਆ ਰੋਜ਼ ਰੋਜ਼ ਹੁਣ ਪੱਠੇ ਤੁਹਾਨੂੰ ਥੋੜ੍ਹਾ ਦਿਖਾਉਣੇ ਕਹਿ ਰਿਹਾ ਕਿ ਮੈਂ ਨਹੀਂ ਸੁਧਰਨਾ ਕਰ ਲਓ ਜੋ ਕਰਨਾ ਤੇ ਮੈਂ ਕਿਹਾ ਤੂੰ ਭਰੀ ਭਾ ਮੇਰਾ ਪੁੱਤਰ ਤੇ ਫਿਰ ਪਾਓ ਪਾਓ ਤੇ ਫਿਰ ਚੱਲੇ ਆਪੇ ਠੀਕ ਹੋ ਗਿਆ ਵਾਪਸ आप सब जाना है आयो अरे हमारे शहर में आज कमाल का मौसम उतरा है चढ़ा नहीं है चढ़ा है यह पिंड पहुंच गया बाबा जी होना ही पिंड आ गए हैं पट्ठे सट गोहे सट छे पट्ठे ने दे सकते हो टोका चौका लगे हो बाबा जी हूँ साडा ब्लॉग आया थोड़े ठहर के ठीक हो गया एफ यू लैंटर लैंटर घर पहुँच गए नहा धो के मैज करने ठीक हो गया बाबा जी ते हो गया छोटा जहा मैजिक सस्ता या मैजिक जेड़ा अहीं तुहाडे नाल कीता ठीक हो गया बाबा जी कल पूरी दिहाड़ी अहीं व्लॉग नहीं बना सके तुसीं देख सकदे हो ऐ दवाई दवाई अहीं लियांदी है ते हुण बाबा जी इहनूं अहीं वो करने आ पुड़ियां छुड़ियां बनाने आ ते फाइनली बाबा जी अली भाई ने तो बना लिया ने पुड़ियां ते आओ तुहानूं बाबा जी दिखाइए जाके पुड़ियां किहड़ियां किहड़ियां बनाईआं ने अहीं चूहे मार पुड़ियां तुसीं देख सकदे हो बाबा जी पुड़ियां छुड़ियां बना लिया ने ते आओ तुहानूं दसने आ बाबा जी ਇਹ ਪੂੜੀਆਂ ਨੇ ਕਮ ਸੇ ਕਮ 100-150 ਪੂੜੀ ਆ ਅਤੇ ਇਹ ਹੁਣ ਬਾਬਾ ਜੀ ਇੱਥੇ ਚੂਹਿਆਂ ਨੂੰ ਦਮ ਦਰੂਦ ਕਰਨਾ ਅਤੇ ਖਾਣਗੇ ਤਾਂ ਚੂਹੇ ਉੱਤੇ ਜਾਣ ਦਸੇ ਜੰਤੀ ਹੋ ਜਾਣਗੇ ਰਮਜ਼ਾਨ ਦਾ ਮਹੀਨਾ ਬਾਬਾ ਜੀ ਹੁਣ ਅਸੀਂ ਖਿਲਾਰ ਲੱਗੇ ਹਾਂ ਚੂਹੀਆਂ ਦੀਆਂ ਪੂੜੀਆਂ ਚੂਹੇ ਦੀਆਂ ਸੱਟ ਲੱਗੇ ਹਾਂ ਕੋਈ ਯਾਰ ਕੋਈ ਸਮਝ ਨਹੀਂ ਆ ਰਹੀ ਹੈ ਤੇ ਤੁਹਾਨੂੰ ਚਲੋ ਸੱਟ ਕੇ ਦੱਸਨੇ ਆ ਪਿਆਰੀ ਸਮਝ ਗਈ ਪੂੜੀਆਂ ਸੱਟਣ ਵੇਖ ਸਕਦੇ ਹੋ ਅਲੀ ਭਾਈ ਉਹਨਾਂ ਫੜੀ ਹੈ ਚੂਹੇ ਦੀਆਂ ਪੂੜੀਆਂ ਦੇਖੋ ਅਲੀ ਭਾਈ ਰੱਖ ਰਿਹਾ ਚੂਹੇ ਵਾਲੀਆਂ ਪੂੜੀਆਂ ਠੀਕ ਹੋ ਗਿਆ ਦੇਖੋ ਰੱਖ ਦੋ ਬਾਬਾ ਜੀ ਦੇਖ ਸਕਦੇ ਹੋ ਅਤੇ ਭਾਈ ਰੱਖ ਰਿਹਾ ਚੂੜੀਆਂ ਕਹਿ ਰਹੇ ਹਾਂ ਯਾਰ ਇਹ ਪੂੜੀਆਂ ਅਤੇ ਘੰਟਾ ਹੋ ਗਿਆ ਬਾਬਾ ਜੀ ਸਾਨੂੰ ਘੰਟਾ ਡੇਢ ਹੋ ਗਿਆ
ਤੇ ਪੁੜੀਆਂ ਨਹੀਂ ਸਾਡੀਆਂ ਰਖੋ ਰਹੀਆਂ, ਥੋੜੀਆਂ ਰਹਿ ਗਈਆਂ ਨੇ, ਹੁਣ ਅਸੀਂ ਰੱਖ ਕੇ ਫਿਰ ਤੁਹਾਨੂੰ ਮਿਲਨੇ ਆ ਬਾਬਾ ਜੀ। ਬਾਬਾ ਜੀ ਅਸੀਂ ਪੁੜੀਆਂ ਛੁੜੀਆਂ ਐਂਡ ਕਰ ਖੜੀਆਂ ਨੇ ਅਤੇ ਸਾਰੀਆਂ ਪੁੜੀਆਂ ਚੂਹਿਆਂ ਦੀਆਂ ਪਾ ਖੜੀਆਂ ਨੇ ਅਤੇ ਹੁਣ ਬਾਬਾ ਜੀ ਖਾਣਗੇ ਅਤੇ ਜੰਨਤ 'ਚ ਜਾਣਗੇ, ਠੀਕ ਹੋ ਗਿਆ। ਬਾਬਾ ਜੀ ਅੱਜ ਜੁੰਮਾ ਵੀ ਹੈ ਅਤੇ ਅਸੀਂ ਜਾ ਰਹੇ ਹਾਂ ਬਾਬਾ ਜੀ ਫੁੱਲ ਲੈਣ, ਕਿਉਂਕਿ ਜੁੰਮਾ ਪੜ੍ਹ ਕੇ ਅਤੇ ਕਬਰਸਤਾਨ ਜਾਣਾ ਫੁੱਲ ਪਾਉਣ, ਅਤੇ ਨਾਲੇ ਹੁਣ ਤੁਹਾਡੇ ਨਾਲ ਅਸੀਂ ਮਿਲਨੇ ਹਾਂ ਬਾਬਾ ਜੀ ਜੁੰਮਾ ਪੜ੍ਹ ਕੇ, ਠੀਕ ਹੋ ਗਿਆ। ਜੀ ਜੁੰਮਾ ਪੜ੍ਹ ਕੇ ਅਸੀਂ ਆ ਗਏ ਹਾਂ, ਹੁਣ ਜਾ ਰਹੇ ਅਸੀਂ ਕਬਰਸਤਾਨ ਸਾਡਾ ਸਹੀ ਲੱਗਿਆ ਹੋਏ, ਲਾਈਕ ਕਮੈਂਟ ਕਰ ਦੇਣਾ ਤੁਸੀਂ। ਅਤੇ ਬਾਕੀ ਹੁਣ ਅਸੀਂ ਕਵਰ ਤੱਕ ਆਏ ਹਾਂ, ਹੁਣ ਅਸੀਂ ਜਾ ਰਹੇ ਹਾਂ ਘਰ, ਠੀਕ ਹੋ ਗਿਆ ਕਰਦੇ ਪਿੰਡ ਪਹੁੰਚ ਗਏ ਬਾਬਾ ਜੀ ਅਸੀਂ, ਦੇਖ ਸਕਦੇ ਹੋ ਤੁਸੀਂ, ਠੀਕ ਹੋ ਗਿਆ ਪਿੰਡ ਦਾ ਨਜ਼ਾਰਾ। ਬਾਬਾ ਜੀ ਮੁਝੇ ਉਤਾਰ ਦੇ ਯਹੀਂ ਪੇਟ ਠੀਕ ਹੋ ਗਿਆ। A few moments later ਬਾਬਾ ਜੀ ਅਸੀਂ ਵਲੌਗ ਨਹੀਂ ਬਣਾ ਸਕੇ ਅੱਗੋਂ ਦਿਹਾੜੀ, ਅਤੇ ਹੁਣ ਆਏ ਹਾਂ ਬਾਬਾ ਜੀ ਅਸੀਂ ਮਕਰਾ ਦੀ ਨਮਾਜ਼ ਪੜ੍ਹ ਗਏ ਅਤੇ ਵਲੌਗ ਦਾ ਕਰਨ ਲੱਗਾ ਐਂਡ। ਅਤੇ ਬਾਬਾ ਜੀ ਨਵੇਂ ਸਾਹਿਬ ਕੀ ਕਰੀਏ ਵਲੌਗ ਨੂੰ, ਕੈਮਰਾ ਬੰਦ ਕਰ, ਇਹ ਕੀ ਸ਼ਾਬਾਸ਼ ਬੇਟਾ ਬਹੁਤ ਬੜੀਆ ਮੁੰਨਾ। ਕਰੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰੋ ਲਾਈਕ ਅਤੇ ਸ਼ੇਅਰ ਅਤੇ ਬੈਲ ਲਾਈਕ ਨੂੰ ਕੱਸ ਕੱਸ ਕੇ ਮੁੱਕੇ ਮਾਰੋ, ਠੀਕ ਹੋ ਗਿਆ। ਓਕੇ ਬਾਏ।